ਕਈ ਵਾਰੀ ਅਸੀਂ ਉਹ ਟਾਈਮ ਵੀ ਵੇਖਿਆ ਜਦ ਅਸੀਂ ਰੋਟੀ ਦੇ ਉੱਤੇ ਪਾਣੀ ਅਤੇ ਮਿਰਚੀ ਪਾਊਡਰ ਲਗਾ ਕੇ ਉਹੀ ਉਹ ਖਾ ਕੇ ਸੋ ਜਾਂਦੇ ਸੀ ਰਾਤੀ। ਮੇਰੇ ਜੀਜਾ ਜੀ ਨੇ ਉਹਨਾਂ ਨੂੰ ਖਤਮ ਕਰਦਾ ਕਿਉਂਕਿ ਉਹਨਾਂ ਦਾ ਅਫੇਅਰ ਕਿੱਥੇ ਹੋਰ ਚੱਲ ਰਿਹਾ ਸੀ। ਹਰ ਦੂਸਰੇ ਤੀਸਰੇ ਦਿਨ ਮੇਰੇ ਨਾਲ ਮਾਰ ਪਿਟਾਈ ਹੁੰਦੀ ਕਿ ਇੱਕ ਦਿਨ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਕਿ ਮੈਂ ਬੇਹੋਸ਼ ਹੋ ਗਈ। ਉੱਥੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਮੈਂ ਥਰਡ ਸਟੇਜ ਕੈਂਸਰ ਦੀ ਮਰੀਜ਼ ਹਾਂ ਅਤੇ ਮੈਂ ਉਹਨਾਂ ਨੂੰ ਇਹ ਸਰਜਰੀ ਦਿਖਾਈ ਹੈ। ਵੇਖੋ ਤੁਸੀਂ, ਮੈਂ ਮਜ਼ਾਕ ਨਹੀਂ ਕਰ ਰਹੀ ਹਾਂ। ਅਠਾਈ ਸਪਟੈਂਬਰ 2007 ਦੀ ਉਹ ਰਾਤ ਮੈਨੂੰ ਬੁਲਾਏ ਨਹੀਂ ਭੁੱਲਦੀ ਜਦ ਮੈਂ ਸਿਸਕੀਆਂ ਲੈ ਰਹੀ ਸੀ ਅਤੇ ਮੇਰੇ ਸੱਸ ਅਤੇ ਸਹੁਰਾ ਮੈਨੂੰ ਕੁੱਟ ਰਹੇ ਸਨ। ਇੰਝ ਲੱਗ ਰਿਹਾ ਸੀ ਕਿ ਮੈਂ ਹੁਣ ਸਵੇਰਾ ਵੀ ਨਹੀਂ ਵੇਖਣਾ ਅਤੇ ਮੇਰਾ ਵਿਆਹ ਇੱਕ ਬਹੁਤ ਹੀ ਲਾਲਚੀ ਪਰਿਵਾਰ ਵਿੱਚ ਹੋ ਗਿਆ ਸੀ। ਦਹੇਜ ਦੇ ਲੋਭ ਦੇ ਲਾਲਚ ਨੇ ਉਹਨਾਂ ਸਾਰਿਆਂ ਨੂੰ ਵੈਸ਼ੀ ਦਰਿੰਦਾ ਵਾਂਗੂ ਬਣਾ ਛੱਡਿਆ ਸੀ। ਜ਼ਿੰਦਗੀ ਬਹੁਤ ਹੀ ਸੌਖੀ ਹੁੰਦੀ ਹੈ ਸੁਪਨਿਆਂ ਵਰਗੀ। ਇਹੀ ਜਿਹੇ ਸੁਪਨੇ ਮੈਂ ਵੀ ਬਹੁਤ ਵੇਖਦੀ ਸੀ ਆਪਣੇ ਬਚਪਨ ਵਿੱਚ, ਪਰ ਮੇਰੀ ਹਕੀਕਤ ਤਾਂ ਇਹ ਸੀ ਜਿਸ ਨੂੰ ਮੈਂ ਜੀ ਰਹੀ ਸੀ। ਜ਼ਿੰਦਗੀ ਨੇ ਹਰ ਇੱਕ ਮੋੜ 'ਤੇ ਮੇਰਾ ਇਮਤਿਹਾਨ ਲਿਆ, ਪਰ ਉਹ ਕੀ ਇੱਕ ਚੀਜ਼ ਸੀ ਕਿ ਮੈਂ ਚੱਲਦੀ ਰਹੀ ਅਤੇ ਮੈਂ ਕਦੀ ਵੀ ਨਹੀਂ ਰੁਕੀ। ਇਹ ਸਾਰੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆਂਚਲ ਸ਼ਰਮਾ ਅਤੇ ਮੈਂ ਇੱਕ ਕੈਂਸਰ ਸਰਵਾਈਵਰ ਹਾਂ, ਨਾਲ ਹੀ ਮੈਂ ਇੱਕ ਕਾਮਯਾਬ ਬਿਜ਼ਨਸ ਵੀ ਚਲਾਉਂਦੀ ਹਾਂ। 6 ਲੋਕਾਂ ਦਾ ਪਰਿਵਾਰ, 2 ਭਰਾ 2 ਭੈਣਾਂ ਅਤੇ ਮੇਰੇ ਪੇਰੈਂਟਸ। ਮੇਰਾ ਬਚਪਨ ਇੱਕ ਜਮਰੂਦਪੁਰ ਦੇ ਛੋਟੇ ਜਿਹੇ ਮਕਾਨ ਵਿੱਚ ਬਤੀਤ ਹੋਇਆ ਜਿਹੜਾ ਮੇਰੇ ਦਾਦਾ ਜੀ ਦਾ ਸੀਗਾ, ਅਤੇ ਸਾਡਾ ਗੁਜ਼ਾਰਾ ਆਲਰੇਡੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਅਤੇ ਮੇਰੇ ਪਿਤਾ ਜੀ ਇੱਕ ਆਟੋ ਰਿਕਸ਼ਾ ਡਰਾਈਵਰ ਸਨ। ਕਿਸੇ ਕਾਰਨ ਮੇਰੇ ਪਿਤਾ ਜੀ ਦੀ ਉਹ ਜੋਬ ਵੀ ਚਲੀ ਗਈ ਅਤੇ ਹੁਣ ਉਹ ਸ਼ਰਾਬ ਪੀਂਦੇ, ਫਰਸਟੇਡ ਹੁੰਦੇ ਅਤੇ ਘਰ ਆ ਕੇ ਮੇਰੀ ਮਾਂ ਨਾਲ ਮਾਰ ਪਿਟਾਈ ਕਰਦੇ। ਸ਼ਰਾਬੀ ਪਤੀ ਦੇ 4 ਨਿੱਕੇ ਜੋ ਖਾਣ ਵਾਲੇ, ਮੇਰੀ ਮਾਂ ਨੇ ਇੱਕ ਛੋਟੀ ਜਿਹੀ ਫੈਕਟਰੀ 'ਚ ਧੱਗੇ ਕੱਟਣ ਦਾ ਕੰਮ ਫੜਿਆ ਅਤੇ ਉਹ ਸਵੇਰੇ ਤੋਂ ਲੈ ਕੇ ਰਾਤੀ ਤੱਕ ਖੜ੍ਹੇ ਰਹਿੰਦੇ ਤਾਂ ਕਿ ਉਹ ਸਾਨੂੰ 2 ਵਕਤ ਦੀ ਰੋਟੀ 'ਤੇ ਖਵਾ ਸਕਣ। ਇੰਨਾ ਆਸਾਨ ਕਿੱਥੇ ਸੀ ਸਾਡੇ ਲਈ ਕੁਛ ਵੀ। ਮੇਰੀ ਮੰਮੀ ਦੀ ਉਹ ਨੌਕਰੀ ਵੀ ਚਲੀ ਗਈ ਅਤੇ ਹੁਣ ਹਾਲਾਤ ਇਹ ਸੀ ਕਿ ਸਾਡੇ ਕੋਲ ਪੈਸੇ ਖਤਮ ਹੋ ਰਹੇ ਸੀ ਧੀਰੇ ਧੀਰੇ, ਘਰ 'ਚ ਕੋਈ ਕਮਾਉਣ ਵਾਲਾ ਨਹੀਂ ਸੀ ਅਤੇ ਇਹ ਟਾਈਮ ਆ ਗਿਆ ਸੀ ਕਿ ਕਈ ਵਾਰੀ ਅਸੀਂ ਰੋਟੀ ਖਾਂਦੇ ਸੀ ਅਤੇ ਕਈ ਵਾਰੀ ਨਹੀਂ ਵੀ ਖਾਂਦੇ ਸੀ। ਕਈ ਵਾਰੀ ਅਸੀਂ ਉਹ ਟਾਈਮ ਵੀ ਵੇਖਿਆ ਜਦ ਅਸੀਂ ਰੋਟੀ ਦੇ ਉੱਤੇ ਪਾਣੀ ਅਤੇ ਮਿਰਚੀ ਪਾਊਡਰ ਲਗਾ ਕੇ ਉਹੀ ਉਹ ਖਾ ਕੇ ਸੋ ਜਾਂਦੇ ਸੀ ਰਾਤੀ। ਸਕੂਲ ਜਾਣਾ ਇੰਝ ਲੱਗ ਰਿਹਾ ਸੀ ਕਿ ਕੋਈ ਸੁਪਨਾ ਜਿਹਾ ਹੋ ਗਿਆ ਹੈ। ਅਤੇ ਮੇਰਾ ਭਰਾ 9ਵੀਂ ਜਮਾਤ ਤੱਕ ਅਤੇ ਮੈਂ 8ਵੀਂ ਜਮਾਤ ਤੱਕ ਪੜ੍ਹ ਕੇ ਅਸੀਂ ਨੌਕਰੀਆਂ ਫੜ ਲਈਆਂ। ਮੇਰਾ ਭਰਾ ਇੱਕ ਗਰਾਜ 'ਚ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਮੈਂ ਇੱਕ ਟ੍ਰੇਡਿੰਗ ਕੰਪਨੀ ਵਿੱਚੋਂ ਰਿਸੈਪਸ਼ਨਿਸਟ ਦੀ ਜੋਬ ਫੜ ਲਈ 4,000 ਦੀ ਤਨਖਾਹ 'ਤੇ। ਇੰਨਿਆਂ ਸਾਰੇ ਹਾਲਾਤਾਂ ਵਿੱਚ ਮੈਨੂੰ ਕਦੀ ਵੀ ਰੱਬ ਤੋਂ ਸ਼ਿਕਾਇਤ ਕਰਨ ਦਾ ਨਾ ਟਾਈਮ ਮਿਲਿਆ ਨਾ ਮੇਰੇ ਕੋਲ ਮੌਕਾ ਸੀ। ਅਤੇ ਮੈਂ ਇਹੀਓ ਸੋਚਦੀ ਸੀ ਕਿ ਕਿਸੇ ਕਰਕੇ ਅਸੀਂ ਇੰਨਾ ਕਮਾ ਲਈਏ, ਇੰਨਾ ਕੰਮ ਕਰ ਲਈਏ ਦੋਨੋਂ ਭੈਣ ਭਰਾ ਮਿਲ ਕੇ ਕਿ ਅਸੀਂ ਸਾਡੀ ਲਾਈਫ ਵੀ ਟਰੈਕ 'ਤੇ ਆ ਸਕਣ। ਇਸੀ ਸੋਚ ਨਾਲ ਮੈਂ ਡਿੱਗਦੀ, ਮੈਂ ਫਿਰ ਖੜ੍ਹੀ ਹੋ ਜਾਂਦੀ, ਮੈਂ ਡਿੱਗਦੀ, ਮੈਂ ਫਿਰ ਖੜ੍ਹੀ ਹੋ ਜਾਂਦੀ ਅਤੇ ਮੈਂ ਇੱਕ ਹੋਰ ਨੌਕਰੀ ਫੜੀ। ਮੈਂ ਨਵੇਂ ਨਵੇਂ ਲੋਕਾਂ ਤੋਂ ਮਿਲ ਰਹੀ ਸੀ ਅਤੇ ਮੈਨੂੰ ਮੇਰੇ ਰਾਸਤੇ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਸਨ। ਮੈਨੂੰ ਐਕਸਪੋਜ਼ਰ ਮਿਲ ਰਿਹਾ ਸੀ। ਮੈਂ ਹੁਣ ਡੇਲੀ ਦਿੱਲੀ ਤੋਂ ਗੁੜਗਾਓਂ ਜਾਂਦੀ ਸੀ। ਮੈਂ ਕੜੀ ਧੂਪ 'ਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਧੂਪ 'ਚ ਖੜ੍ਹੀ ਰਹਿੰਦੀ ਤਾਂ ਕਿ ਮੈਂ ਕੁਝ ਡੀਲਾਂ ਕਲੋਜ਼ ਕਰਾ ਸਕਾਂ ਅਤੇ ਸਾਡੇ ਘਰ 'ਚ ਵੀ ਕੁਝ ਪੈਸੇ ਆ ਸਕਣ। ਕੰਮ ਕਰ ਰਹੀ ਸੀ, ਕੰਮ ਕਰਦੇ ਕਰਦੇ ਬਹੁਤ ਹੀ ਜਲਦੀ ਮੈਂ ਕੁਛ 2.5-1 ਲੱਖ ਰੁਪਈਏ ਦੀ ਬ੍ਰੋਕਰੇਜ ਦਾ ਕੰਮ ਕੀਤਾ ਸੀ। ਬਹੁਤ ਖੁਸ਼ ਸੀ ਕਿ 2.5 ਲੱਖ ਰੁਪਈਏ, ਇੰਨਾ ਪੈਸਾ ਅਸੀਂ ਕਦੀ ਵੀ ਜ਼ਿੰਦਗੀ 'ਚ ਵੇਖਿਆ ਨਹੀਂ ਸੀ ਅਤੇ ਸਾਡੇ ਲਈ ਤਾਂ ਇਹ ਹੋ ਗਿਆ ਸੀ ਕਿ ਪਤਾ ਨਹੀਂ ਪੂਰੀ ਦੁਨੀਆ ਅਸੀਂ ਖਰੀਦ ਲਿਆਂਗੇ ਉਸ 2.5 ਲੱਖ ਰੁਪਈਏ ਤੋਂ। ਪਰ ਕਿਸਮਤ ਨੇ ਇੱਥੇ ਇੱਕ ਵਾਰੀ ਫਿਰ ਮੇਰੇ ਨਾਲ ਧੋਖਾ ਕੀਤਾ ਅਤੇ ਮੇਰੇ ਨਾਲ ਧੋਖੇਧੜੀ ਨਾਲ ਕੰਪਨੀ ਦੇ ਇੱਕ ਬ੍ਰੋਕਰ ਨੇ ਮੇਰੇ ਸਾਰੇ ਪੈਸੇ ਹੜਪ ਲਿੱਤੇ ਅਤੇ ਮੇਰੇ ਕੋਲ ਹੁਣ 2 ਹੀ ਰਾਸਤੇ ਸੀ। ਜਾਂ ਤਾਂ ਮੈਂ ਗਿਵ ਅਪ ਕਰਦਿਆਂ ਹਤਾਸ਼ ਹੋ ਕੇ ਮੈਂ ਘਰ ਬੈਠ ਜਾਵਾਂ, ਜਾਂ ਫਿਰ ਮੈਂ ਇੱਕ ਹੋਰ ਨੌਕਰੀ ਫੜਾਂ। ਅਤੇ ਮੈਂ ਇੱਕ ਹੋਰ ਨੌਕਰੀ ਫੜੀ। ਮੇਰਾ ਜਿਹੜਾ ਲਰਨਿੰਗ ਐਟੀਟਿਊਡ ਸੀ ਉਹ ਜਦ ਮੇਰੀ ਮਿਹਨਤ ਨਾਲ ਕੰਬਾਈਨ ਹੋਇਆ, ਮੈਨੂੰ ਕੰਪਨੀ ਵੱਲੋਂ ਐਪਰੀਸ਼ੀਏਸ਼ਨ ਮਿਲਿਆ ਅਤੇ ਕੰਪਨੀ ਨੇ ਮੈਨੂੰ ਪ੍ਰੋਫਿਟ ਸ਼ੇਅਰਿੰਗ 'ਤੇ ਆਪਣੇ ਉੱਤੇ ਹੀ ਬ੍ਰੋਕਰ ਰੱਖ ਲਿੱਤਾ। ਕਰਦਿਆਂ ਕਰਾਦੇ ਹੁਣ ਮੈਂ ਆਪਣੀ ਇੱਕ ਛੋਟੀ ਜਿਹੀ ਕੰਪਨੀ ਰੀਅਲ ਇਸਟੇਟ ਦੀ ਵੀ ਖੋਲ੍ਹ ਲਈ ਸੀ ਅਤੇ ਘਰ ਵਾਲਿਆਂ ਦਾ ਹੁਣ ਕੰਸਰਨ ਬਣ ਗਿਆ ਸੀ ਕਿ ਮੈਂ ਉਹਨਾਂ ਦਾ ਕੰਸਰਨ ਬਣ ਗਿਆ ਸੀ ਮੇਰਾ ਵਿਆਹ ਕਰਾਉਣ ਦਾ। ਪਰ ਮੈਨੇ ਆਪਣੀ ਛੋਟੀ ਸਿਸਟਰ ਦਾ ਵਿਆਹ ਆਪਣੇ ਤੋਂ ਪਹਿਲਾਂ ਹੀ ਕਰਾ ਦਿੱਤਾ ਸੀ।
ਅਤੇ ਮੇਰੀ ਫੈਮਿਲੀ ਨੇ ਅਪਸੈਟ ਹੋ ਕੇ ਮੇਰੀ ਛੋਟੀ ਸਿਸਟਰ ਨੂੰ ਡਿਸਓਨ ਕਰਤਾ। ਹੁਣ ਮੇਰੀ ਸਿਸਟਰ ਆਪਣੇ ਘਰ ਚਲੀ ਗਈ ਸੀ ਅਤੇ 5 ਮਹੀਨੇ ਬਾਅਦ ਸਾਡੇ ਕੋਲ ਖਬਰ ਆਉਂਦੀ ਹੈ ਕਿ ਮੇਰੀ ਛੋਟੀ ਸਿਸਟਰ ਖਤਮ ਹੋ ਗਈ ਹੈ। ਮੇਰੇ ਜੀਜਾ ਜੀ ਨੇ ਉਹਨਾਂ ਨੂੰ ਖਤਮ ਕਰਦਾ ਕਿਉਂਕਿ ਉਹਨਾਂ ਦਾ ਅਫੇਅਰ ਕਿੱਥੇ ਹੋਰ ਚੱਲ ਰਿਹਾ ਸੀ। ਇਸ ਬਾਤ ਨਿਊਜ਼ ਤੋਂ ਜਦ ਮੇਰੀ ਫੈਮਿਲੀ ਬਹੁਤ ਜ਼ਿਆਦਾ ਹਿੱਲ ਗਈ ਸੀ ਅਤੇ ਉਹਨਾਂ ਨੇ ਛੇਤੀ ਮੇਰਾ ਵਿਆਹ ਇੱਕ ਹੈਂਡੀਕੈਪ ਮੁੰਡੇ ਨਾਲ ਕਰਾ ਦਿੱਤਾ ਕਿਉਂਕਿ ਮੇਰੀ ਫੈਮਿਲੀ ਦਾ ਮੇਰੇ ਰਿਸ਼ਤੇਦਾਰਾਂ ਨੇ ਬ੍ਰੇਨ ਵਾਸ਼ ਕਰ ਦਿੱਤਾ ਸੀ। ਹੁਣ ਜੋ ਵੀ ਕੁਛ ਤੁਹਾਡੀ ਛੋਟੀ ਕੁੜੀ ਨੇ ਕੀਤਾ, ਇਸ ਦੇ ਬਾਅਦ ਕੋਈ ਨੋਰਮਲ ਬੰਦਾ ਆਪਣੀ ਕਾਸਟ 'ਚ ਤਾਂ ਬਿਲਕੁਲ ਵੀ ਉਹਦੇ ਨਾਲ ਵਿਆਹ ਨਹੀਂ ਕਰੇਗਾ। ਦੂਜੇ ਪਾਸੇ ਮੇਰੇ ਸਸੁਰਾਲ ਵਾਲਿਆਂ ਦੀ ਜਾਤੀ ਮੇਰੇ ਕੋਲ ਇੰਨੀ ਵੱਧ ਰਹੀ ਸੀ ਕਿ ਉਹ ਰੋਜ਼ ਹਰ ਦੂਸਰੇ ਤੀਸਰੇ ਦਿਨ ਮੇਰੇ ਨਾਲ ਮਾਰ ਪਿਟਾਈ ਹੁੰਦੀ ਅਤੇ ਕੋਈ ਝਗੜਾ, ਕੁਛ ਨਾ ਕੁਛ ਝਗੜਾ ਇਸ ਤਰੀਕੇ ਦਾ ਹੁੰਦਾ ਕਿ ਹਾਲਤ ਖਰਾਬ ਹੋ ਜਾਂਦੀ ਸੀ ਉਹ ਸਾਰੀ ਚੀਜ਼ਾਂ ਵੇਖ ਕੇ। ਅਤੇ ਇੱਕ ਦਿਨ ਉਹਨਾਂ ਨੇ ਉਹਨਾਂ ਦੀ ਜਾਤੀਆਂ ਇੰਨੀ ਵੱਧ ਗਈ ਕਿ ਇੱਕ ਦਿਨ ਉਹਨਾਂ ਨੇ ਮੈਨੂੰ ਇੰਨਾ ਕੁੱਟਿਆ ਕਿ ਮੈਂ ਬੇਹੋਸ਼ ਹੋ ਗਈ। ਕਿਸਮਤ ਸੀ, ਸ਼ਾਇਦ ਰੱਬ ਦਾ ਹੱਥ ਸੀ ਸਿਰ 'ਤੇ ਅਤੇ ਮੈਂ ਬਚ ਗਈ। ਇੰਨਾ ਸਭ ਹੋਣ ਦੇ ਬਾਅਦ ਵੀ ਮੇਰੀ ਫੈਮਿਲੀ ਮੈਨੂੰ ਆਪਣੇ ਘਰ ਰੱਖਣ ਦੇ ਪੱਕ ਵਿੱਚ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਲੋਕ ਕੀ ਕਹਾਂਗੇ, ਛੋਟੀ ਕੁੜੀ ਨਾਲ ਇੰਨਾ ਸਭ ਕੁਛ ਹੋ ਗਿਆ ਅਤੇ ਵੱਡੀ ਕੁੜੀ ਵੀ ਹੁਣ ਇਹਨਾਂ ਦੀ ਆ ਕੇ ਘਰ ਬੈਠੀ ਹੈ। ਉਹ ਕੌਣ ਨੇ ਲੋਕ ਜਿਹੜੇ ਕੀ ਕਹਿਣਗੇ, ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਉਹਨਾਂ ਨੂੰ ਕੀ ਰਾਈਟ ਹੈ ਸਾਡੀ ਲਾਈਫ ਵਿੱਚ ਇੰਟਰਫੇਅਰ ਕਰਨ ਦਾ, ਉਹ ਕੌਣ ਹੁੰਦੇ ਨੇ। ਖੈਰ, ਇੰਨਾ ਸਾਰੀ ਬਾਤਾਂ ਵਿੱਚ ਜੋ ਵੀ ਹੋਇਆ, ਉਸ ਦੇ ਬਾਅਦ ਮੈਂ ਆਪਣੀ ਫੈਮਿਲੀ ਦੇ ਅਗੇਂਸਟ ਜਾ ਕੇ ਇੱਕ ਵਾਰੀ ਫਿਰ ਤੋਂ ਮੈਂ ਡਿਵੋਰਸ ਫਾਈਲ ਕਰ ਦਿੱਤਾ। ਹੁਣ ਤਲਾਕ ਦੇ ਬਾਅਦ ਮੇਰੀ ਜ਼ਿੰਦਗੀ ਵਾਪਸ ਨੋਰਮਲ ਟਰੈਕ 'ਤੇ ਆ ਹੀ ਰਹੀ ਸੀ ਕਿ ਜਿਹੜਾ ਮੈਂ 12 ਸਾਲ ਪਹਿਲੇ ਰੀਅਲ ਇਸਟੇਟ ਦੀ ਕੰਪਨੀ ਖੋਲ੍ਹੀ ਸੀ, ਉਸ ਦੀ ਸੇਵਿੰਗ ਤੋਂ ਮੈਂ ਆਪਣੇ ਘਰ ਵਾਲਿਆਂ ਲਈ ਜ਼ਮੀਨ ਲੈਣ ਚੱਲੀ ਸੀ। ਮੈਂ ਆਪਣੇ ਬਚਪਨ ਕਾ ਜਿਹੜਾ ਮੇਰਾ ਸਪਨਾ ਸੀ ਉਹ ਪੂਰਾ ਕਰਨ ਚੱਲੀ ਸੀ ਅਤੇ ਮੈਂ ਉਹਨਾਂ ਦੇ ਲਈ ਨਿੱਜੀ ਜ਼ਮੀਨ ਖਰੀਦੀ ਅਤੇ ਮੇਰਾ ਮਕਾਨ ਹੁਣ ਬਣ ਰਿਹਾ ਸੀ ਅਤੇ ਉਹ ਫਾਈਨਲ ਸਟੇਜ 'ਤੇ ਹੀ ਸੀ ਕਿ MCD ਵਾਲਿਆਂ ਨੇ ਮੇਰਾ ਮਕਾਨ ਡਿਮੋਲਿਸ਼ ਕਰਤਾ। ਮੇਰੀ ਕਿਸਮਤ ਮੇਰੇ ਨਾਲ ਵਾਰ-ਵਾਰ ਖੇਲ ਰਹੀ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਹੋ ਕੀ ਰਿਹਾ। ਥੋੜ੍ਹੀ ਦੇਰ 'ਚ ਮੇਰੀ ਅੱਖਾਂ ਦੇ ਸਾਹਮਣੇ ਜਿਹੜਾ ਮੇਰਾ ਘਰ, ਮੇਰਾ ਬਚਪਨ ਦਾ ਸਪਨਾ ਸੀ, ਉਹ ਕਿਵੇਂ ਢੇਰ ਹੋ ਗਿਆ ਮੈਨੂੰ ਪਤਾ ਵੀ ਨਹੀਂ ਚੱਲਿਆ। ਅਤੇ ਮੈਨੂੰ ਇੰਝ ਲੱਗ ਰਿਹਾ ਸੀ ਮੈਂ ਜਿੱਥੋਂ ਸ਼ੁਰੂ ਕੀਤਾ ਹੈ ਮੈਂ ਉੱਥੇ ਇੱਕ ਵਾਰੀ ਫਿਰ ਵਾਪਸ ਆ ਕੇ ਖੜ੍ਹੀ ਹੋ ਗਈ ਹਾਂ। ਪਰ ਮੇਰਾ ਜਿਹੜਾ ਇੱਕ ਐਕਸੈਪਟੈਂਸ ਦਾ ਨੇਚਰ ਸੀ ਉਹਨੇ ਮੇਰੀ ਬਹੁਤ ਹੈਲਪ ਕੀਤੀ। ਉਹਨੇ ਮੇਰੀ ਇੰਨੀ ਹੈਲਪ ਕੀਤੀ ਕਿ ਮੈਂ ਕੁਛ ਵੀ ਹੋ ਜਾਏ, ਮੇਰੀ ਬਹੁਤ ਅੱਛੀ ਇੱਕ ਆਦਤ ਸੀ ਕਿ ਮੈਂ ਚੀਜ਼ਾਂ ਨੂੰ ਐਕਸੈਪਟ ਕਰਦੀ ਸੀ। ਮੈਂ ਆਪਣੇ ਆਪ ਨਾਲ ਗੱਲ ਕੀਤੀ, ਮੈਂ ਸਮਝਾਇਆ ਆਪਣੇ ਆਪ ਨੂੰ ਕੀ ਹੋ ਗਿਆ, ਮਕਾਨ ਹੀ ਤਾਂ ਟੁੱਟਿਆ ਤੇਰਾ, ਫਿਰ ਬਣਾ ਲਏਗੀ, ਇੰਨੀ ਕਿਹੜੀ ਵੱਡੀ ਗੱਲ ਹੋ ਗਈ, ਤੂੰ ਜ਼ਿੰਦਾ ਤਾਂ ਹੈ ਨਾ, ਰੱਬ ਦਾ ਸ਼ੁਕਰ ਕਰ। ਖੈਰ, ਮੈਂ ਫਿਰ ਇੱਕ ਦੂਜੀ ਨੌਕਰੀ ਫੜੀ, ਅਸੀਂ ਕਰਦਿਆਂ ਕਰਾਉਂਦੇ ਇੱਕ ਨੌਕਰੀ ਹੋਰ ਫੜੀ। ਉਸ ਨੌਕਰੀ ਦੇ ਬਾਅਦ ਮੈਂ ਖੁਸ਼ ਸੀ ਕਿ ਮੈਂ ਕੰਮ ਕਰ ਰਹੀ ਹਾਂ, ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹਾਂ ਅਤੇ ਮੈਂ ਆਪਣਾ ਖਿਆਲ ਰੱਖ ਸਕਦੀ ਹਾਂ, ਆਪਣੀ ਫੈਮਿਲੀ ਦਾ ਖਿਆਲ ਰੱਖ ਸਕਦੀ ਹਾਂ। ਘਰ ਵਾਲਿਆਂ ਦੀ ਟੋਰ ਸੰਭਾਲਦੇ ਇੰਝ ਮੈਂ ਆਪਣੇ ਆਪ ਨੂੰ ਕਿੱਥੇ ਭੁੱਲ ਗਈ ਸੀ ਅਤੇ ਮੈਂ ਕੁਛ ਸਾਲਾਂ ਪਹਿਲੇ ਆਪਣੇ ਸਰੀਰ 'ਚ ਕੁਛ ਗੰਠਾਂ ਮਹਿਸੂਸ ਕੀਤੀਆਂ ਨੇ। ਹੋਮਿਓਪੈਥੀ ਦੇ ਇਲਾਜ ਤੋਂ ਪਤਾ ਚੱਲਿਆ ਕਿ ਉਹ ਫਾਈਬਰੋਇਡ ਨੇ ਅਤੇ ਮੈਂ ਡਾਕਟਰਾਂ ਤੋਂ ਬਹੁਤ ਡਰਦੀ ਸੀ, ਇੰਜੈਕਸ਼ਨ ਤੋਂ ਬਹੁਤ ਡਰਦੀ ਸੀ। ਇਸੀ ਡਰ ਨਾਲ ਮੈਂ ਕੋਈ ਹੋਰ ਦੂਜਾ ਓਪੀਨੀਅਨ ਵੀ ਨਹੀਂ ਲਿੱਤਾ ਅਤੇ ਮੇਰਾ ਇੱਕ ਫਰੈਂਡ ਹੁੰਦਾ ਸੀ ਜਿਹੜਾ ਮੈਨੂੰ ਬਹੁਤ ਸਪੋਰਟ ਕਰਦਾ ਸੀ, ਉਹ ਜ਼ਬਰਦਸਤੀ ਕਰਕੇ ਉਹਨਾਂ ਨੇ ਮੇਰੀ ਇੱਕ ਅਪੁਆਇੰਟਮੈਂਟ ਡਾਕਟਰ ਨਾਲ ਫਿਕਸ ਕਰਾ ਦਿੱਤੀ। ਉਸ ਦੇ ਬਾਅਦ ਉਹ ਮੇਰੇ ਨਾਲ ਵੀ ਗਿਆ, ਉੱਥੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਮੈਂ 3rd stage ਕੈਂਸਰ ਦੀ ਮਰੀਜ਼ ਹਾਂ। ਕਿਹੋ ਜਿਹਾ ਲੱਗਦਾ ਜਦ ਤੁਹਾਨੂੰ ਇਸ ਤਰੀਕੇ ਦੀ ਖਬਰ ਮਿਲਦੀ, ਕਿੱਥੇ ਤਾਂ ਤੁਸੀਂ ਇੰਨੇ ਵੱਡੇ ਵੱਡੇ ਸੁਪਨੇ ਦੇਖ ਰਹੇ ਸੀ ਅਤੇ ਆਲਰੇਡੀ ਇੰਨਾ ਸਟਰਗਲ ਕਰਕੇ ਤੁਸੀਂ ਇੱਕ ਜਰਨੀ ਪੂਰੀ ਜੀ, ਉਸ ਤੋਂ ਬਾਅਦ ਵੀ ਤੁਹਾਡੇ ਨਾਲ ਕੁਛ ਇਸ ਤਰੀਕੇ ਦਾ ਹੋ ਜਾਏ ਤਾਂ ਤੁਹਾਨੂੰ ਕਿਵੇਂ ਲੱਗਦਾ? ਉਹੀ ਫੀਲਿੰਗ ਮੇਰੀ ਸੀ। ਮੈਂ ਨਮ ਹੋ ਗਈ ਇੱਕ ਥੋੜ੍ਹੀ ਦੇਰ ਲਈ। ਉਸ ਤੋਂ ਬਾਅਦ ਸਭ ਤੋਂ ਪਹਿਲਾ ਖਿਆਲ ਜਿਹੜਾ ਮੇਰੇ ਦਿਮਾਗ 'ਚ ਆਇਆ ਉਹ ਮੇਰੀ ਫੈਮਿਲੀ ਦਾ ਸੀ ਕਿ ਆਂਚਲ, ਹਾਲੇ ਤਾਂ ਤੂੰ ਉਹ ਸੁਪਨੇ ਵੀ ਪੂਰੇ ਨਹੀਂ ਕੀਤੇ ਜਿਹੜੇ ਤੂੰ ਆਪਣੀ ਫੈਮਿਲੀ ਲਈ ਵੇਖੇ ਸੀ, ਅਤੇ ਇੰਨੀ ਜਲਦੀ ਤਾਂ ਤੂੰ ਨਹੀਂ ਮਰਨ ਵਾਲੀ। ਮੈਂ ਮੇਰੇ ਘਰ 'ਚ ਮੇਰੇ ਛੋਟੇ ਵੀਰੇ ਦਾ ਵਿਆਹ ਚੱਲ ਰਿਹਾ ਸੀ, ਇਸ ਕਰਕੇ ਮੈਂ ਆਪਣੇ ਘਰ 'ਚ ਇੱਕ ਵੀ ਗੱਲ ਨਹੀਂ ਦੱਸੀ। ਅਤੇ ਉਹਦੇ ਵਿਆਹ ਦੇ ਬਾਅਦ ਜਦ ਮੈਂ ਆਪਣੇ ਉਸੀ ਫਰੈਂਡ ਦੇ ਨਾਲ ਆਪਣੇ ਫੋਲੋਅਪ ਲੈ ਕੇ ਡਾਕਟਰ ਕੋਲ ਗਈ ਅਤੇ ਡਾਕਟਰ ਨੇ ਮੇਰੀ ਪਹਿਲੀ ਸਰਜਰੀ
ਕੀਤੀ, ਜਿਹੜੀ ਡੇਢ ਘੰਟੇ ਦੀ ਸਰਜਰੀ ਸੀ ਉਹ ਕਰਾ ਕੇ ਜਦ ਮੈਂ ਇਕੱਲੀ ਆਪਣੇ ਘਰ ਪਹੁੰਚੀ ਤਾਂ ਮੇਰੇ ਘਰ ਵਿੱਚ ਮਾਤਮ ਦਾ ਮਾਹੌਲ ਸੀ। ਕਿਸੇ ਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀ ਕੀ ਹੋ ਰਿਹਾ, ਇਹ ਕੀ ਕਹਿ ਰਹੀ ਹੈ, ਸੱਚ ਬੋਲ ਰਹੀ ਹੈ, ਇਹ ਝੂਠ ਬੋਲ ਰਹੀ ਹੈ, ਕਿਸੇ ਨੂੰ ਕੁਛ ਵੀ ਸਮਝ ਨਹੀਂ ਆ ਰਿਹਾ ਸੀ। ਅਤੇ ਮੇਰੀ ਮਾਂ ਰੋ ਰਹੀ ਸੀ, ਮੇਰੇ ਭਰਾ ਪਰੇਸ਼ਾਨ ਸੀ, ਅਤੇ ਮੈਂ ਉਹਨਾਂ ਨੂੰ ਇਹ ਸਰਜਰੀ ਦਿਖਾਈ ਹੈ, ਵੇਖੋ ਤੁਸੀਂ, ਮੈਂ ਮਜ਼ਾਕ ਨਹੀਂ ਕਰ ਰਹੀ ਹਾਂ, ਮੈਂ ਪਹਿਲੀ ਸਰਜਰੀ ਕਰਾ ਕੇ ਆਈ ਹਾਂ। ਅਤੇ ਉਹਨਾਂ ਨੂੰ ਮੈਂ ਆਪਣੇ ਆਪ ਨੂੰ ਜਿਵੇਂ ਸੰਭਾਲਿਆ, ਮੈਂ ਆਪਣੇ ਆਪ ਨੂੰ ਪਹਿਲੇ ਸੰਭਾਲ ਕੇ ਫਿਰ ਉਹਨਾਂ ਨੂੰ ਦੱਸਿਆ, ਤੁਸੀਂ ਮੈਨੂੰ ਨੋਰਮਲ ਬੰਦਿਆਂ ਵਰਗੋ ਟ੍ਰੀਟ ਕਰੋ, ਅਗਰ ਤੁਸੀਂ ਵੀ ਮੇਰੇ ਨਾਲ ਇਸ ਤਰ੍ਹਾਂ ਕਰੋਗੇ ਤਾਂ ਮੈਂ ਕਿਵੇਂ ਜੀਵਾਂਗੀ, ਮੇਰਾ ਵਿਸ਼ਵਾਸ ਕਰੋ, ਮੈਨੂੰ ਪਤਾ ਹੈ ਮੇਰੇ ਨਾਲ ਇੰਨਾ ਬੁਰਾ ਤਾਂ ਨਹੀਂ ਹੋ ਸਕਦਾ ਕਿ ਮੈਂ ਮਰ ਜਾਵਾਂ, ਮੈਂ ਜ਼ਰੂਰ ਜੀਵਾਂਗੀ ਅਤੇ ਮੈਂ ਜ਼ਰੂਰ ਜੀਵਾਂਗੀ। ਖੈਰ ਮੇਰੀ ਫੈਮਿਲੀ ਨੇ, ਮੈਂ ਰੱਬ ਦਾ ਸ਼ੁਕਰ ਕਰਨੀ ਆ ਕਿ ਮੇਰੀ ਫੈਮਿਲੀ ਨੇ ਮੇਰੇ ਨਾਲ ਇੰਨੇ ਅੱਛੇ ਤਰੀਕੇ ਨਾਲ ਮੇਰਾ ਸਪੋਰਟ ਮੈਨੂੰ ਸਪੋਰਟ ਕੀਤਾ ਕਿ ਉਹਨਾਂ ਨੇ ਕਦੇ ਮੈਨੂੰ ਇੱਕ ਦਿਨ ਵੀ ਨਹੀਂ ਰਿਲਾਈਜ਼ ਹੋਣ ਦਿੱਤਾ ਕਿ ਮੈਂ ਕੈਂਸਰ ਦੀ ਪੇਸ਼ੈਂਟ ਹਾਂ। ਦਵਾਈਆਂ ਖਾ ਕੇ ਅੱਜ ਮੇਰਾ ਸਰੀਰ ਇੰਨਾ ਕਮਜ਼ੋਰ ਹੋ ਚੁੱਕਿਆ ਹੈ, ਸਰਜਰੀਆਂ ਕਰਾ ਕਰਾ, ਕੀਮੋ ਕਰਾ ਕਰਾ, ਮੇਰਾ ਇਮਿਊਨ ਸਿਸਟਮ ਬਿਲਕੁਲ ਲੋਅ ਹੋ ਚੁੱਕਿਆ ਹੈ। ਅਤੇ ਅੱਜ ਜਦ ਤੱਕ ਮੈਂ ਜਿੰਦਾ ਹਾਂ ਦਵਾਈਆਂ ਦੇ ਉੱਤੇ ਅਤੇ ਆਪਣੀ ਵਿਲ ਪਾਵਰ ਦੇ ਉੱਤੇ ਕੈਂਸਰ ਨੂੰ ਹਰਾ ਰਹੀ ਹਾਂ। ਅਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕੈਂਸਰ ਸਰਵਾਈਵਰ ਬਣ ਕੇ ਨਹੀਂ, ਇੱਕ ਕਾਮਯਾਬ ਬਿਜ਼ਨਸ ਵੂਮੈਨ ਬਣ ਕੇ ਖੜ੍ਹੀ ਹਾਂ। ਮੈਂ ਇੱਕ ਕਾਮਯਾਬ ਬਿਜ਼ਨਸ ਵੀ ਚਲਾਉਂਦੀ ਹਾਂ ਜਿਹਦਾ ਨਾਮ ਮੀਠਾ ਸ਼ਗੁਨ ਹੈ ਅਤੇ ਇਹ ਇੱਕ ਲਗਜ਼ਰੀ ਸਵੀਟ ਦਾ ਬ੍ਰਾਂਡ ਹੈ। ਜਾਂਦੇ ਜਾਂਦੇ ਮੈਂ ਇਹ ਕਹਾਂਗੀ, ਜ਼ਿੰਦਗੀ ਖੁਸ਼ਗਵਾਰ ਹੁੰਦੀ ਹੈ, ਇਹ ਸਾਡਾ ਨਜ਼ਰੀਆ ਅਤੇ ਇਹ ਅਹਿਸਾਸ ਹੀ ਤਾਂ ਹੈ ਜਿਹੜਾ ਸਾਨੂੰ ਇਹ ਹਿੰਮਤ ਦਿਲਾਉਂਦਾ ਹੈ, ਭਾਵੇਂ ਕੁਛ ਵੀ ਹੋ ਜਾਵੇ, ਭਾਵੇਂ ਕੋਈ ਵੀ ਮੁਸੀਬਤ ਆ ਜਾਵੇ, ਅਸੀਂ ਫੌਲਾਦ ਵਾਂਗੂ ਡਟ ਕੇ ਉਹਨਾਂ ਦਾ ਸਾਹਮਣਾ ਕਰਾਂਗੇ, ਜੇ ਰਾਖ ਵੀ ਬਣ ਜਾਣ ਇੱਕ ਵਾਰੀ ਫਿਰ ਖੜ੍ਹੇ ਹੋ ਸਕਦੇ ਹਾਂ। ਥੈਂਕ ਯੂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।